ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁਤ ਦੇਣ, ਪੁੰਨ ਦਾਨ ਕਰਨਾ। ਕਹੂੰ ਨਾ ਭੀਜੈ ਸੰਜਮ ਸੁਆਮੀ, ਬੋਲੇ ਮੀਠੇ ਬੈਨ। ਪੂਜਾ ਕਿੰਨੀ ਹੋ ਰਹੀ ਹੈ ਜੀ, ਹਰ ਮਜ਼ਹਬ ਦਾ ਬੰਦਾ ਆਪਣੀ ਪੂਜਾ ਕਰ ਰਿਹਾ, ਕਿਸੇ ਨੂੰ ਪੀਣ ਲਈ ਦੁੱਧ ਮਿਲੇ ਨਾ ਮਿਲੇ ਧਾਰਮਿਕ ਅਸਥਾਨਾਂ 'ਤੇ ਦੁੱਧ ਲੈ ਕੇ ਜਾ ਰਿਹਾ, ਫੁੱਲ ਲੈ ਕੇ ਜਾ ਰਿਹਾ, ਸਮੱਗਰੀ ਲੈ ਕੇ ਜਾ ਰਿਹਾ, ਪੂਜਾ ਕਰ ਰਿਹਾ, ਹੋ ਰਹੀ ਹੈ। ਪਾਤਸ਼ਾਹ ਕਹਿੰਦੇ ਪੂਜਾ ਕਰ ਰਿਹਾ ਮਨੁੱਖ, ਪੂਜਾ ਵੀ ਕਰ ਰਿਹਾ, ਵਰਤ ਵੀ ਰੱਖ ਰਿਹਾ। ਅੱਛਾ, ਵਰਤ ਜਿਹੜਾ ਰੱਖੂਗਾ ਉਹਦਾ ਤਾਂ ਸਰੀਰ ਦਾ ਫਾਇਦਾ ਹੋ ਸਕਦਾ, ਪਰ ਇਸ ਦੇਸ਼ ਵਿੱਚ ਉਲਟਾ ਕੰਮ ਹੋਇਆ, ਵਰਤ ਕੋਈ ਰੱਖੇ ਅਤੇ ਲੰਬੀ ਉਮਰ ਕਿਸੇ ਹੋਰ ਦੀ ਹੁੰਦੀ ਹੈ। ਹਾਂ, ਜਿਹੜਾ ਵਿਅਕਤੀ, ਜਿਹੜੀ ਬੀਬੀ, ਜਿਹੜਾ ਮਰਦ ਖੁਦ ਕਹੇ ਨਾ ਮੈਂ 5-7-10 ਘੰਟੇ ਨਹੀਂ ਖਾਣਾ, ਉਹਦੇ ਸਰੀਰ ਦਾ ਫਾਇਦਾ ਹੋ ਸਕਦਾ, ਕਿਉਂਕਿ ਸਰੀਰ ਨੂੰ ਰੈਸਟ ਮਿਲ ਗਈ ਨਾ, ਤੁਹਾਡਾ ਸਰੀਰ ਉਹਨਾਂ ਐਨਰਜੀ 'ਚ ਆਏਗਾ, ਉਹ ਵਧੀਆ ਗੱਲ ਹੈ। ਪਰ ਕੰਮ ਉਲਟਾ ਹੋ ਗਿਆ। ਮੈਂ ਕਦੀ ਕਦੀ ਸੋਚਦਾ ਇਹਦੇ ਪਿੱਛੇ ਵੀ ਹੋ ਸਕਦਾ ਕਿ ਲੌਜਿਕ ਕੰਮ ਕਰਦਾ ਹੋਵੇ। ਤੁਹਾਨੂੰ ਪਤਾ ਇਸ ਦੇਸ਼ ਵਿੱਚ ਸਤੀ ਪ੍ਰਥਾ ਸੀ, ਪੜ੍ਹੀ ਹੋਣੀ ਤੁਹਾਡੇ 'ਚੋਂ ਬਹੁਤਿਆਂ ਨੇ, ਹਿਸਟਰੀ ਬਜ਼ੁਰਗਾਂ ਨੇ ਵੀ ਸਤੀ ਪ੍ਰਥਾ ਸਮਝਦੇ ਆਪਾਂ ਸਾਰੇ, ਵੀ ਜਦੋਂ ਪਤੀ ਚੜ੍ਹਾਈ ਕਰਦਾ ਸੀ ਤਾਂ ਔਰਤ ਨੂੰ ਵੀ ਨਾਲ ਹੀ ਚਿਖਾ ਵਿੱਚ ਸਾੜ ਦਿੱਤਾ ਜਾਂਦਾ ਸੀ। ਪਰ ਜੇ ਔਰਤ ਮਰਦ ਦੀ ਔਰਤ ਚੜ੍ਹਾਈ ਕਰ ਗਈ ਆ ਤਾਂ ਮਰਦ ਵਾਸਤੇ ਦੂਜਾ ਰਿਸ਼ਤਾ ਆ ਜਾਂਦਾ ਸੀ, ਕੋਈ ਪੁਰਖ ਪ੍ਰਧਾਨ ਸਮਾਜ ਸੀ। ਇਹ ਸਤਿਗੁਰ ਨੇ ਵੀ ਬਾਣੀ 'ਚ ਲਿਖਿਆ, ਭੰਡ ਮੂਆ ਭੰਡ ਭਾਲੀਏ। ਪਹਿਲੀ ਔਰਤ ਦੀ ਜਦੋਂ ਚਿਖਾ ਨਹੀਂ ਠੰਡੀ ਹੋਈ ਤਾਂ ਘਰ 'ਚ ਗੱਲਾਂ ਚੱਲਣ ਲੱਗ ਪਈਆਂ, ਇੱਕ ਹੈਗੀ ਆ ਫਲਾਣੇ ਆਪਣੇ ਰਿਸ਼ਤੇਦਾਰ ਦੇ ਪਰਿਵਾਰ 'ਚ, ਆਪਾਂ ਉਹਦਾ ਵੀ ਇੱਕ ਬੱਚਾ ਹੈਗਾ ਵਾ, ਚਲੋ ਇਹ ਰਹੀ ਜਾਣਗੇ। ਪਰ ਔਰਤ ਨੂੰ ਇਹ ਸਲਾਹ ਨਹੀਂ ਕੋਈ ਦੇਊਗਾ ਵੀ ਚਲੋ ਇਹਦੇ ਬੱਚੇ ਛੋਟੇ, ਇਹਦਾ ਵੀ ਆਪਾਂ ਦੂਜਾ ਘਰ ਵਸਾ ਦਈਏ। ਇਸ ਭਾਰ ਦੇਸ਼ ਵਿੱਚ ਇੱਕ ਮੈਂ ਬੇਨਤੀ ਕਰਾਂ, ਇਸ ਹਰ ਮਜ਼ਹਬ ਦੀ ਔਰਤ ਵਾਸਤੇ ਆ, ਇਹ ਤਾਂ ਗੁਰੂ ਨਾਨਕ ਸਾਹਿਬ ਵਰਗੀ ਸ਼ਖਸੀਅਤ, ਧੰਨ ਗੁਰੂ ਅਮਰਦਾਸ ਮਹਾਰਾਜ ਵਰਗੀ ਸ਼ਖਸੀਅਤ ਨਾ ਦੁਨੀਆ ਦੇ ਵਿੱਚ ਪ੍ਰਗਟ ਹੁੰਦੀ ਨਾ, ਅਤੇ ਇੱਥੇ ਭਾਵੇਂ ਕਿਸੇ ਮਜ਼ਹਬ ਦੀ ਔਰਤ ਹੋਵੇ, ਇੱਥੇ ਦਾ ਵਿਪਰ ਤਿਆਰ ਕਰਕੇ ਚਿਖਾ 'ਚ ਨਾਲ ਬਿਠਾ ਦਿੰਦੀ ਸੀ। ਇਹ ਤਾਂ ਪਹਿਲੀ ਵਾਰ ਗੁਰੂ ਅਮਰਦਾਸ ਮਹਾਰਾਜ ਨੇ ਅਕਬਰ ਬਾਦਸ਼ਾਹ ਦੇ ਕੋਲੋਂ ਕਾਨੂੰਨ ਪਾਸ ਕਰਾਇਆ ਵੀ ਇਹ ਕਹਿਰ ਬੰਦ ਹੋਣਾ ਚਾਹੀਦਾ ਕਿ ਜੇ ਮਰਦ ਔਰਤ ਚੜ੍ਹਾਈ ਕਰਨ ਤੋਂ ਬਾਅਦ ਜੇ ਉਹਦੀ ਉਮਰ ਛੋਟੀ ਆ, ਦੂਜਾ ਵਿਆਹ ਕਰਵਾ ਸਕਦਾ ਹੈ, ਤਾਂ ਇਸ ਦੇਸ਼ ਵਿੱਚ ਔਰਤ ਨੂੰ ਵੀ ਆਗਿਆ ਹੋਣੀ ਚਾਹੀਦੀ ਆ, ਪਰਿਵਾਰਾਂ ਦੀ ਸਹਿਮਤੀ ਨਾਲ ਬਾਅਦ ਵਿੱਚ ਉਹ ਆਪਣਾ ਘਰ ਵਸਾ ਸਕੇ। ਇਹ ਗੁਰੂ ਅਮਰਦਾਸ ਮਹਾਰਾਜ ਨੇ, ਇਹ ਸਮਾਜ ਸੁਧਾਰ ਕੰਮ ਸੀ ਗੁਰੂ ਅਮਰਦਾਸ ਮਹਾਰਾਜ ਦਾ ਸਭ ਤੋਂ ਵੱਡਾ। ਹੁਣ ਸਤੀ ਪ੍ਰਥਾ ਸੀ, ਜਦੋਂ ਮਰਦ ਚੜ੍ਹਾਈ ਕਰ ਗਿਆ ਤਾਂ ਔਰਤ ਨੂੰ ਨਾਲ ਹੀ ਚਿਖਾ 'ਚ ਸਾੜ ਦੇਣਾ, ਉਹਨੂੰ ਨਾਲ ਇੱਦਾਂ ਕਹਿਣਾ ਤੂੰ ਤਾਂ ਬੜੀ ਭਾਗਾਂ ਵਾਲੀ ਆ, ਤੈਨੂੰ ਤਾਂ ਮਤਲਬ ਇਹ ਕਹਿ ਲਓ ਵੀ ਇੱਦਾਂ ਦੇ ਸ਼ਬਦ ਬੋਲ ਬੋਲ ਕੇ ਨਾਲ ਤਿਆਰ ਕਰਕੇ ਚਿਖਾ 'ਚ ਬਿਠਾ ਦਿੱਤਾ ਜਾਂਦਾ ਸੀ। ਅਤੇ ਔਰਤ ਨੂੰ ਮੈਂ ਕਦੀ ਕਦੀ ਸੋਚਦਾ ਜਿਹੜਾ ਵਰਤ ਰੱਖਣ ਦੇ ਪਿੱਛੇ ਵੀ ਕਾਰਨ ਕੰਮ ਕਰਦਾ, ਕਿਤੇ ਇਹ ਤਾਂ ਨਹੀਂ ਉਹਨੂੰ ਕਿਹਾ ਜਾਂਦਾ ਹੋਵੇ ਕਿ ਤੂੰ ਵਰਤ ਰੱਖ ਤੇਰੇ ਪਤੀ ਦੀ ਲੰਬੀ ਉਮਰ ਹੋਏਗੀ। ਉਹ ਵਾਸਤੇ 'ਚ ਪਤੀ ਦੀ ਨਹੀਂ ਸੀ, ਉਹਨੂੰ ਪਤਾ ਸੀ ਵੀ ਜਦੋਂ ਤੱਕ ਪਤੀ ਜਿਉਂਦਾ, ਬੋਲੋ ਸਾਰੇ ਹੁਣ, ਉਦੋਂ ਤੱਕ ਸਾਰੇ ਬੋਲੋ ਹੁਣ ਜੀ, ਮੈਂ ਜਿਉਂਦੀ ਹਾਂ, ਜਦੋਂ ਪਤੀ ਦਾ ਭੋਗ ਪੈ ਗਿਆ ਨਾ ਚੱਕ ਕੇ ਮੈਨੂੰ ਵੀ ਬਿਠਾ ਦੇਣਾ, ਇਸ ਕਰਕੇ ਵਰਤ ਰੱਖ ਵੀ 4 ਸਾਲ ਤੂੰ ਵੀ ਜੀਉ ਭਾਗਾਂ ਵਾਲਿਆ ਅਤੇ ਨਾਲੇ ਮੈਨੂੰ ਵੀ ਜਿਉਂਦਾ ਰੱਖ। ਕਿਤੇ ਲੱਗਦਾ ਤਾਂ ਨਹੀਂ ਇਹਦੇ ਪਿੱਛੇ ਕਾਰਨ ਇਹ ਹੋ ਸਕਦਾ? ਉਹ ਬੋਲੋ ਗੁਰੂ ਕੇ ਪਿਆਰੇ ਹੋ ਵੀ ਤੂੰ ਤੂੰ 4 ਸਾਲ ਕੱਢ ਜਾਏਗਾ ਤਾਂ ਤੇਰੇ ਬਹਾਨੇ ਮੈਂ ਵੀ ਕੱਢ ਜੂ, ਨਹੀਂ ਤਾਂ ਮੈਨੂੰ ਮੇਰੀ ਤਾਂ ਸੁਣਨੀ ਨਹੀਂ ਕਿਸੇ ਨੇ, ਮੇਰੇ ਤਾਂ ਮਾਂ ਪਿਓ ਨੇ ਚੁੱਕ ਕੇ ਨਾਲ ਬਿਠਾ ਦੇਣਾ ਮੈਨੂੰ, ਮੇਰੇ ਤਾਂ ਮਾਂ ਬਾਪ ਨੇ, ਮੇਰੇ ਤਾਂ ਕਿਸੇ ਪਰਿਵਾਰ ਦੇ ਜੀ ਨੇ ਸੁਣਨਾ ਹੀ ਨਹੀਂ ਮੈਨੂੰ, ਇਸ ਕਰਕੇ ਤੂੰ 4 ਸਾਲ ਕੱਢ ਜਾ ਡਿੱਗਦਾ ਢਹਿੰਦਾ ਤਾਂ ਕਿ ਮੈਂ ਵੀ 4 ਸਾਲ ਜਿਉਂਦੀ ਰਹਿ ਜਾਊਂਗੀ। ਇਹ ਤਾਂ ਗੁਰੂ ਅਮਰਦਾਸ ਮਰ ਵਰਗੇ ਰਹਿ ਪਰ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ, ਅਤੇ ਫਿਰ ਵੀ ਕੋਈ ਐਸੀ ਵਿਚਾਰਧਾਰਾ ਦੇ ਵਿਰੋਧ ਵਿੱਚ ਪ੍ਰੋਪੋਗੰਡਾ ਕਰੇ, ਅੰਦਾਜ਼ਾ ਲਾ ਲਓ ਵੀ ਅਕਿਰਤ ਘੰਟਾ ਦੀ ਹੱਦ ਹੀ ਹੋ ਸਕਦੀ ਹੈ ਨਾ। ਇਹ ਉਸ ਵਿਚਾਰਧਾਰਾ ਜਿਹੜੀ ਵਿਚਾਰਧਾਰਾ ਨੇ ਦੁਨੀਆ ਦੇ ਵਿੱਚ ਸਿਰ ਉੱਚਾ, ਮੈਂ ਕਦੀ ਕਦੀ ਮਹਿਸੂਸ ਕਰਦਾ ਤੁਸੀਂ ਇੱਕ ਵਾਰੀ ਨਾ ਭਾਵੇਂ ਬਿਜ਼ਨਸ ਕਰਦੇ, ਵਪਾਰ ਕਰਦੇ, ਜੋ ਵੀ ਕੰਮ ਕਰਦੇ, ਨੌਕਰੀ ਕਰਦੇ, ਗੁਰੂ ਗ੍ਰੰਥ ਸਾਹਿਬ ਮੇਰੀ ਉਹ ਭੈਣੋ ਇੱਕ ਵਾਰੀ ਆਪ ਪੜ੍ਹੋ ਇੱਕ ਵਾਰ।
ਜੋ ਜੋ ਅੱਤਿਆਚਾਰ ਸਾਡੇ ਸਮਾਜ 'ਚ ਹੋ ਰਿਹਾ ਨਾ, ਔਰਤ ਜਿਹੜੀਆਂ ਔਰਤਾਂ ਨੂੰ ਇਹ ਵੀ ਤਸ਼ੱਦਦ ਸਹਿਣਾ ਪੈ ਰਿਹਾ ਨਾ, ਤੇਰੇ ਘਰ ਪੁੱਤ ਕਿਉਂ ਨਹੀਂ ਹੁੰਦਾ, ਤੇਰੇ ਘਰ ਔਲਾਦ ਕਿਉਂ ਨਹੀਂ ਹੁੰਦੀ। ਔਰਤ ਸਿਰ ਉੱਚਾ ਚੁੱਕ ਕੇ ਪਰਿਵਾਰ ਨੂੰ ਜਵਾਬ ਦੇਣ ਯੋਗੀ ਹੋਜੂ ਜਦੋਂ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਰਥਾਂ ਸਹਿਤ ਪੜ੍ਹ ਲਈ। ਉਹ ਕਹੂਗੀ ਮੈਨੂੰ ਦੱਸੋ ਗੁਰਬਾਣੀ 'ਚ ਕਿੱਥੇ ਲਿਖਿਆ ਪੁੱਤਾਂ ਨਾਲ ਹੀ ਦੁਨੀਆ 'ਤੇ ਗੰਢ ਪੈਂਦੀ ਹੈ, ਮੈਨੂੰ ਵਿਖਾ ਦਿਓ। ਤੂੰ ਕੋ ਵਿਖਾ ਦਿਓ ਗੁਰੂ ਗ੍ਰੰਥ ਸਾਹਿਬ 'ਚ, ਇਸ ਲਈ ਮੋਇਆਂ ਗੰਢ ਨੇਕੀ ਸੱਤ ਹੋਏ ਮਰਨ ਤੋਂ ਬਾਅਦ ਗੰਢ ਪੈਂਦੀ। ਜੇ ਤੁਹਾਡੇ ਆਪਣੇ ਪੱਲੇ ਗੁਣ ਹੈਗੇ ਆ, ਜੇ ਔਲਾਦ ਨਾਲ ਗੰਢ ਪੈਂਦੀ ਹੁੰਦੀ ਤਾਂ ਬੇਬੇ ਨਾਨਕੀ ਦੇ ਘਰ ਤਾਂ ਔਲਾਦ ਵੀ ਹੈ ਨਹੀਂ ਸੀ, ਉਹਦੀ ਤਾਂ ਅੱਜ ਵੀ ਦੁਨੀਆ ਨਾਲ ਗੰਢ ਹੈ। ਇੱਥੇ ਤਾਂ ਔਲਾਦ ਵਾਲਿਆਂ ਨੂੰ ਲੋਕ ਦੋ ਤਿੰਨਾਂ ਚੌਂ ਸਾਲਾਂ ਬਾਅਦ ਹੌਲੀ ਹੌਲੀ ਭੁੱਲ ਜਾਂਦੇ। ਆਪਾਂ ਇੱਥੇ ਬੈਠੇ ਹਾਂ, ਸਾਨੂੰ ਕੋਈ ਪੁੱਛੇ ਸਾਡੇ ਪਿਤਾ ਦਾ ਕੀ ਨਾਮ ਹੈ ਯਾਦ ਹੈ, ਪੜਦਾਦੇ ਦਾ ਕੀ ਨਾਮ ਯਾਦ, ਇਹ ਵੀ ਯਾਦ ਹੋਊਗਾ। ਪਰ ਜੇ ਸਾਨੂੰ 5-7 ਪੀੜ੍ਹੀਆਂ ਪਿੱਛੇ ਪੁੱਛੇ ਕਿ ਤੁਹਾਡੇ ਪੜਦਾਦੇ ਦੇ ਪੜਦਾਦੇ ਦਾ ਕੀ ਨਾਮ ਸੀ, ਨਹੀਂ ਨਾ ਯਾਦ। ਪਰ ਜ਼ੋਰ ਵਿਚਾਰਿਆ ਉਹਨਾਂ ਬੜਾ ਲਾਇਆ ਹੋਣਾ, ਮੇਰੇ ਘਰ ਪੋਤਰਾ ਹੋਵੇ, ਲੋਕ ਯਾਦ ਕਰਿਆ ਕਰਨਗੇ ਕਿਹਦਾ ਪੋਤਰਾ ਹੈ। ਇਹ ਤੈਨੂੰ ਸਿਰਫ 2 ਪੀੜ੍ਹੀਆਂ ਲੋਕਾਂ ਕਹਿਣਾ, ਪੁਰਾਣਿਆਂ ਬਜ਼ੁਰਗਾਂ ਦੀ ਤਾਂ ਆਪਣੇ ਕੋਲ ਫੋਟੋਆਂ ਵੀ ਹੈ ਨਹੀਂ, ਕਿਉਂ ਜੀ ਹੈਗੀਆਂ ਆਪਣੇ ਕੋਲ, ਉਦੋਂ ਕੈਮਰੇ ਨਹੀਂ। ਚਲੋ ਆਪਾਂ ਹੁਣ ਕਹਾਂਗੇ ਸਾਡੀਆਂ ਹੁਣ ਹੈਗੀਆਂ, ਰੱਖਣੀਆਂ ਆਪਣੀਆਂ ਵੀ ਨਹੀਂ ਇਹਨਾਂ ਨੇ, ਕਿਉਂਕਿ ਡਾਟਾ ਇੰਨਾ ਕੌਣ ਸਾਂਭ ਕੇ ਰੱਖੂਗਾ। ਨਿਆਣਿਆਂ ਕੋਲ ਇੰਨਾ ਟਾਈਮ ਹੈ ਨਹੀਂ ਵੀ ਤੁਹਾਡੀਆਂ ਫੋਟੋਆਂ ਨੂੰ ਸੇਵ ਕਰਕੇ ਰੱਖਣਗੇ, ਗਾਹ ਨਵੇਂ ਨਵੇਂ ਤਰੀਕੇ ਹੋਣੇ ਅਗਲੇ, ਉਹਨਾਂ ਆਪਣੀਆਂ ਰੱਖਣੀਆਂ ਆਪਣੀਆਂ ਡਿਲੀਟ ਕਰੀ ਜਾਣੀਆਂ, ਅਤੇ ਜ਼ੋਰ ਆਪਾਂ ਵੀ ਲਾਉਣਾ। ਕੋਈ ਥਾਲੀ 'ਤੇ ਨਾਮ ਲਿਖਾਉਂਦਾ, ਕੋਈ ਗਲਾਸ 'ਤੇ ਨਾਮ ਲਿਖਾਉਂਦਾ, ਕੋਈ ਪੱਖੇ 'ਤੇ ਨਾਮ ਲਿਖਾਉਂਦਾ, ਕੋਈ ਪਾਲਕੀ 'ਤੇ ਨਾਮ ਲਿਖਾਉਂਦਾ, ਕੋਈ ਕਮਰਾ ਬਣਾਉਂਦਾ ਕਹਿੰਦਾ ਉਹਦੇ ਬਾਹਰ ਮੇਰਾ ਨਾਮ ਲਿਖ ਦਿਓ, ਜਿੱਥੇ ਮਰਜ਼ੀ ਲਿਖਾ ਲਓ, ਦੁਨੀਆਂ 'ਤੇ ਰਿਹਾ ਜਾਣਾ ਜੇ ਤੁਹਾਡਾ ਮਨੁੱਖਤਾ ਦੇ ਹਿਰਦੇ 'ਚ ਆਪਣਾ ਨਾਮ ਲਿਖਿਆ। ਤਾਂ ਜੇ ਦੁਨੀਆਂ ਦੇ ਅੰਦਰ ਤੁਹਾਡਾ ਨਾਮ ਆ ਨਾ, ਤੁਹਾਨੂੰ ਦੁਨੀਆਂ ਦੇ ਹਿਰਦਿਆਂ 'ਚ ਤੁਹਾਡਾ ਨਾਮ ਆ, ਉਹ ਪੀੜ੍ਹੀ ਨੇ ਗਾਂਹ ਦੱਸੀ ਜਾਣਾ ਵਾ। ਮੈਂ ਰਾਤ ਦੇ ਦੀਵਾਨ 'ਚ ਕਿਹਾ ਸੀ ਭਗਤ ਪੂਰਨ ਸਿੰਘ, ਜਦੋਂ ਤੱਕ ਦੁਨੀਆਂ ਰਹੇਗੀ ਕਿਸੇ ਅਪਾਹਜ ਬੰਦੇ ਨੂੰ ਕੋਈ ਵੇਖੇਗਾ ਨਾ, ਭਗਤ ਪੂਰਨ ਸਿੰਘ ਦਾ ਨਾਮ ਦੁਨੀਆਂ ਦੇ ਸਾਹਮਣੇ ਜ਼ਰੂਰ ਆਊਗਾ। ਕਿ ਕੋਈ ਵਿਅਕਤੀ ਪੈਦਾ ਹੋਇਆ ਸੀ ਜਿਹੜਾ ਅਪਾਹਜ ਬੰਦਿਆਂ ਨੂੰ ਵੀ ਚੁੱਕ ਚੁੱਕ ਕੇ ਸਾਂਭ ਸਾਂਭ ਕੇ ਉਹਨਾਂ ਦੀ ਸੇਵਾ ਕਰਦਾ ਹੁੰਦਾ ਸੀ, ਉਹਨਾਂ ਦੀ ਸੇਵਾ ਕਰਦਾ ਹੁੰਦਾ ਸੀ, ਅਤੇ ਉਹਨਾਂ ਦਾ ਨਾਮ ਹੀ ਆਉਣਾ ਜਿਨ੍ਹਾਂ ਨੇ ਆਪਣੀਆਂ ਮਾਵਾਂ ਨੂੰ ਘਰਾਂ 'ਚੋਂ ਬਾਹਰ ਕੱਢ ਦਿੱਤਾ। ਪਿੱਛੇ ਜੇ ਵੇਖਿਆ ਕਿ ਰੋਪੜ ਦਾ ਇੱਕ ਵਕੀਲ ਜਿਹੜਾ ਆਪਣੀ ਮਾਂ ਦੇ ਉੱਤੇ ਕਿੰਨਾ ਤਸ਼ੱਦਦ ਕਰ ਰਿਹਾ ਸੀ। ਬੜੇ ਦੁਨੀਆਂ 'ਤੇ ਹਰ ਕਿਸਮ ਦੇ, ਇਹ ਸਮਾਜ ਆ ਜੀ, ਇੱਥੇ ਹਰ ਇੱਕ ਤਰ੍ਹਾਂ ਦੇ ਲੋਕ ਬੈਠੇ ਹੋਏ ਨੇ। ਤੋ ਇਸ ਕਰਕੇ ਲੋਕ ਮਨ ਦੀ ਸ਼ਾਂਤੀ ਲਈ ਪੂਜਾ ਵੀ ਕਰਦੇ ਆ, ਵਰਤ ਵੀ ਰੱਖਦੇ ਆ, ਪੂਜਾ ਵਰਤ। ਤੀਜਾ ਆ ਗਿਆ ਤਿਲਕ, ਮੱਥੇ 'ਤੇ ਤਿਲਕ ਵੀ ਲਾਉਂਦੇ ਆ, ਪੂਜਾ ਵਰਤ ਤਿਲਕ। ਚੌਥਾ ਗਿਆ ਇਸ਼ਨਾਨ, ਇਸ਼ਨਾਨ ਤਾਂ ਹਰ ਬੰਦਾ ਕਰਦਾ, ਭਾਵੇਂ ਗੁਰਦੁਆਰੇ ਆਉਂਦਾ ਕੋਈ ਨਹੀਂ ਆਉਂਦਾ, ਭਾਵੇਂ ਮੰਦਰ ਜਾਂਦਾ ਕੋਈ ਨਹੀਂ ਜਾਂਦਾ, ਕੋਈ ਮਸਜਿਦ 'ਚ ਜਾਂਦਾ ਨਹੀਂ ਜਾਂਦਾ, ਇਸ਼ਨਾਨ ਤਾਂ ਤੁਹਾਡੇ ਸਰੀਰ ਦੀ ਜ਼ਰੂਰਤ ਆ। ਪਰ ਜਦੋਂ ਇਸ਼ਨਾਨ ਧਰਮ ਨਾਲ ਜੁੜ ਜੇ ਨਾ, ਵੀ ਮੈਂ ਇਸ਼ਨਾਨ ਕਰੂੰਗਾ ਅਤੇ ਮੈਂ ਪਵਿੱਤਰ ਹੋ ਜੂੰਗਾ, ਫਿਰ ਬਾਣੀ ਨੂੰ ਕਹਿਣ, ਫਿਰ ਬਾਣੀ 'ਚ ਪਾਤਸ਼ਾਹ ਜੀ ਸਿੱਧੀ ਗੱਲ ਕਹਿੰਦੇ ਆ ਵੀ ਸੰਧਿਆ ਪਰਾਤ ਇਸ਼ਨਾਨ ਕਰਾਹੀ ਜਿਉਂ ਭੈ ਦਾਦਰ ਪਾਣੀ ਮਾਹੀ। ਵੀ ਜੇ ਤਾਂ ਇਕੱਲਾ ਇਸ਼ਨਾਨ ਕੀਤੇ ਰੱਬ ਮਿਲਦਾ, ਫਿਰ ਤਾਂ ਡੱਡੂ ਨੂੰ ਮਿਲ ਜਾਏ, ਤੂੰ ਤਾਂ ਚੁੱਭੀ ਮਾਰ ਕੇ ਬਾਹਰ ਆ ਜਾਣਾ, ਡੱਡੂ ਤਾਂ ਰਹਿੰਦੇ ਪਾਣੀ 'ਚੋਂ ਵੀ ਘੰਟੇ। ਹੁਣ ਮਿਲਿਆ ਜਾਂ ਤੀਰਥ ਨਹਾਤਿਆਂ ਡੱਡਾਂ ਜਲਵਾਸੀ, ਹੁਣ ਆਹ ਪ੍ਰਚਾਰ ਵੀ ਕਿਆਂ ਨੂੰ ਪਤਾ ਹੀ ਲੱਗਦਾ, ਇਹ ਕਿੰਤੂ ਪਰੰਤੂ ਲੱਗਦਾ। ਹੁਣ ਕਿੰਤੂ ਪਰੰਤੂ ਉਹਨੂੰ ਲੱਗਦਾ ਜਿਹਨੇ ਪਰਿਕਰਮਾ ਕੀਤੀਆਂ, ਜਿਹਨੇ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਭਾਈ ਗੁਰਦਾਸ ਪੜ੍ਹ ਕੇ ਵੇਖਿਆ ਹੀ ਨਹੀਂ। ਇਹ ਉਹਨਾਂ ਲੋਕਾਂ ਨੂੰ ਪ੍ਰਚਾਰ ਗਲਤ ਲੱਗਣਾ ਕਿਉਂਕਿ ਜਿਨ੍ਹਾਂ ਨੇ ਸਿਰਫ ਗੱਪ ਕਹਾਣੀਆਂ ਗਪੌੜ ਸੁਣੇ ਹੋਏ ਆ, ਉਹਨਾਂ ਨੂੰ ਤਾਂ ਗੱਲ ਕਦੀ ਵੀ ਹਜ਼ਮ ਨਹੀਂ ਆਉਣੀ। ਪਰ ਆਪਣਾ ਤੁਹਾਨੂੰ ਅੰਦਰੋਂ ਜਿਹੜੇ ਵਿਚਾਰ ਵਾ ਉਹ ਚੇਂਜ ਕਰ ਲਈ ਗੁਰੂ ਗ੍ਰੰਥ ਸਾਹਿਬ ਦੀ। ਮੈਂ ਕਹਿੰਦਾ ਜਿੰਨੇ 35 ਮਹਾਂਪੁਰਖਾਂ ਦੀ ਬਾਣੀ ਸਾਰੇ ਕ੍ਰਾਂਤੀਕਾਰੀ ਸੀ, ਉਹ ਕ੍ਰਾਂਤੀਕਾਰੀ ਸੀ। ਜੇ ਉਹ ਕ੍ਰਾਂਤੀਕਾਰੀ ਨਾ ਹੁੰਦੇ ਤਾਂ ਭਗਤ ਕਬੀਰ ਜੀ ਦਾ ਤਾਂ ਗੁਨਾਹ ਹੀ ਕੋਈ ਨਹੀਂ, ਹਾਥੀਆਂ ਅੱਗੇ ਬੰਨ ਕੇ ਸੁੱਟਿਆ ਗਿਆ ਉਹਨਾਂ ਨੂੰ। ਭਗਤ ਕਬੀਰ ਜੀ ਵਰਗੇ ਮਹਾਂਪੁਰਸ਼ ਉਹਨਾਂ ਨੂੰ ਵੀ ਸਮੇਂ ਦੇ ਜਿਹੜੇ ਰਾਜੇ ਸੀ ਬਾਦਸ਼ਾਹ ਸੀ ਉਹ ਵੀ ਬੰਨ ਬੰਨ ਕੇ ਲੈ ਕੇ ਆਉਂਦੇ ਰਹੇ। ਗੁਰੂ ਨਾਨਕ ਸਾਹਿਬ ਮਹਾਰਾਜ ਵਰਗੀ ਸ਼ਖਸੀਅਤ ਕੀ ਗੁਨਾਹ ਸੀ ਮਹਾਰਾਜ ਦਾ, ਦੱਸੋ ਮੈਨੂੰ। ਉਹ ਤਾਂ ਲੋਕਾਂ ਦਾ ਭਲਾ ਕਰਦੇ ਆ, ਉਹ ਭੂਤਨਾ ਬਿਤਾਲਾ ਲੋਕ ਆਉਂਦੇ ਆ, ਉਹਨੂੰ ਵੀ ਬਾਬਰ ਦੀਆਂ ਚੱਕੀਆਂ ਦੇ ਵਿੱਚ ਪੀਣਾ ਪਿਆ। ਕਦੀ ਸੋਚ ਕੇ ਨਾ ਵੇਖੋ, ਅੱਜ ਕਿਸੇ ਕੋਈ ਬੰਦਾ ਕਹਿੰਦਾ ਨਹੀਂ ਜੀ ਇਹਦਾ ਵਿਰੋਧ ਹੁੰਦਾ ਹੈ, ਵਿਰੋਧ ਤਾਂ ਸੱਚ ਦਾ ਹੁੰਦਾ ਹੈ, ਸੱਚ ਤਾਂ ਸੁਣਨਾ ਔਖਾ ਹੈ।
ਤੁਸੀਂ ਆਪਣੇ ਪਰਿਵਾਰ 'ਚ ਹਰ ਇੱਕ ਪਰਿਵਾਰ ਦੀ ਹਾਂ 'ਚ ਹਮਲਾਈ ਜਾਓ ਤੁਹਾਡਾ ਕਦੀ ਵੀ। ਮੈਂ ਸਕੂਲਾਂ ਦੀ ਇਗਜ਼ੈਂਪਲ ਦਿੰਦਾ, ਕਈ ਸਕੂਲਾਂ 'ਚ ਨਾ ਟੀਚਰ ਤੁਸੀਂ ਨੋਟ ਕੀਤਾ ਹੋਏਗਾ ਉਹ ਸਖਤ ਹੁੰਦੇ ਆ, ਉਹ ਸਖਤ ਦਾ ਭਾਵ ਇਹ ਨਹੀਂ ਵੀ ਉਹ ਸਟੂਡੈਂਟ ਦੇ ਦੁਸ਼ਮਣ ਵਾ, ਉਹ ਚਾਹੁੰਦੇ ਆ ਕਿ ਸਟੂਡੈਂਟ ਦਾ ਕੁਝ ਬਣ ਜਾਏ। ਅਤੇ ਕਈ ਟੀਚਰ ਇੱਦਾਂ ਦੇ ਹੁੰਦੇ ਉਹਨਾਂ ਕਦੀ ਕਿਸੇ ਸਟੂਡੈਂਟ ਨਾਲ ਵਿਗਾੜਨੀ ਨਹੀਂ, ਜੇ ਪੜ੍ਹ ਕੇ ਆ ਗਿਆ ਤਾਂ ਠੀਕ ਹੈ, ਨਹੀਂ ਪੜ੍ਹ ਕੇ ਆ ਗਿਆ ਤਾਂ ਠੀਕ ਆ। ਹੁਣ ਉਹ ਤਾਂ ਚਾਹੁੰਦੇ ਆ ਵੀ ਇਹ ਟੀਚਰ ਰੋਜ਼ ਹੀ ਆਵੇ ਸਕੂਲ 'ਚ, ਅਤੇ ਜਿਹੜਾ ਸਖਤ ਹੁੰਦਾ ਉਹਦੇ ਬਾਰੇ ਕੀ ਕਹਿੰਦੇ ਭਲਾ, ਵੀ ਸਾਰੇ ਬਿਮਾਰ ਹੁੰਦੇ, ਇਹ ਟੀਚਰ ਨਹੀਂ ਕਦੀ ਬਿਮਾਰ ਹੋਇਆ, ਨਾ ਇਹਨੂੰ ਕਦੀ ਵਿਆਹ ਆਉਂਦਾ, ਨਾ ਕਦੀ ਇਹ ਛੁੱਟੀ ਕਰਦਾ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਸਖਤ ਆ ਨਾ ਅਸਲ 'ਚ ਹੈਗਾ ਹੀ ਤੁਹਾਡਾ ਅਸਲੀ ਹਮਦਰਦ, ਇਹ ਆ ਚਾਹੁੰਦਾ ਵਾ ਕਿ ਮੇਰਾ ਪੜ੍ਹਿਆ ਬੱਚਾ ਕਿਤੇ ਉੱਚੇ ਅਹੁਦੇ 'ਤੇ ਜਾਵੇ। ਆੜਾ ਤੈਨੂੰ ਹਾਂ 'ਚ ਹਮਲਾਈ ਜਾਂਦਾ ਨਾ, ਇਹ ਤੁਹਾਡਾ ਬੇੜਾ ਗਰਕ ਕਰਨਾ ਚਾਹੁੰਦਾ।